ਬਲਦੇਵ ਸਿੰਘ ਦਾ ਨਾਵਲ ਅਫਲਾਤੂ ਦਾ ਬਾਈਮਾਂਗ। ਭੱਜੇ ਆਉਂਦੇ ਤਿੰਨੋਂ ਜਣੇ ਬੋਰਡ ਕੋਲ ਆ ਕੇ ਰੁਕ ਗਏ। ਸਾਹ ਚੜਿਆ ਹੋਇਆ ਸੀ, ਚਿਹਰੇ ਡਰ ਨਾਲ ਭੈ ਭੀਤ ਸਨ। ਉੱਧਰ ਕੱਸੀ ਵੱਲ ਮੁਕਾਬਲਾ ਹੋਈ ਜਾਂਦਾ, ਇੱਕ ਜਣੇ ਨੇ ਮਸਾਂ ਦੱਸਿਆ। ਪੁਲਿਸ ਨਾਲ? ਗੁਰਤੇਜ ਨੇ ਪੁੱਛਿਆ। ਪਤਾ ਨਹੀਂ, ਅਸੀਂ ਤਾਂ ਖੇਤੋ ਖੇਤ ਦੋ ਜਣੇ ਭੱਜੇ ਜਾਂਦੇ ਵੇਖੇ ਆ। ਪੁਲਿਸ ਵਾਲੇ ਸੀ ਕਿ ਚੋਲਿਆਂ ਵਾਲੇ? ਗੁਰਤੇਜ ਨੇ ਫਿਰ ਪੁੱਛਿਆ। ਇੱਕ ਲੰਮਾ ਜਿਹਾ ਸੀ, ਦੂਜਾ ਲੰਗ ਮਾਰਦਾ ਸੀ ਮਾੜਾ ਮਾੜਾ। ਉਹ ਖਾੜਕੂ ਤਾਂ ਨਹੀਂ ਸੀਗੇ? ਕੀ ਪਤਾ, ਹੁਣ ਹੋ ਵੀ ਸਕਦੇ ਆ, ਨਹੀਂ ਵੀ ਹੋ ਸਕਦੇ। ਜਣਿਆਂ ਦੇ ਅਜੇ ਵੀ ਸਾਹ ਚੜੇ ਹੋਏ ਸੀ। ਇੱਕ ਜਣਾ ਤਾਂ ਪਤਾ ਨਹੀਂ ਜ਼ਖਮੀ ਹੈ ਕਿ ਮਰਿਆ ਪਿਆ, ਡਿੱਗਿਆ ਪਿਆ ਵੇਖਿਆ। ਅਤੇ ਤੁਸੀਂ ਕਿਹੜੇ ਪਿੰਡੋਂ ਹੈ ਕਾਕਾ? ਸਰਪੰਚ ਨੇ ਪੁੱਛਿਆ। ਅਸੀਂ ਤਾਂ ਮੁੰਡੀ ਚੱਲੇ ਸੀ, ਇਕਦਮ ਗੋਲੀ ਚੱਲਣ ਲੱਗੀ ਪਿੰਡ ਨੇੜੇ ਕਰਕੇ, ਅਸੀਂ ਇੱਧਰ ਨੂੰ ਭੱਜ ਪਏ। ਆਖ ਕੇ ਉਹ ਫਿਰ ਫਿਰਨੀ ਫਿਰਨੀ ਭੱਜ ਪਏ। ਸਰਪੰਚ ਅਤੇ ਗੁਰਤੇਜ ਖੜ੍ਹੇ ਵੇਖਦੇ ਹੀ ਰਹਿ ਗਏ। ਆਪਣੇ ਪਿੰਡ ਦਾ ਨਾਂ ਵੀ ਨਹੀਂ ਦੱਸ ਕੇ ਗਏ, ਇਹ ਵੀ ਮੁਕਾਬਲੇ ਵਾਲਿਆਂ 'ਚੋਂ ਹੀ ਨਾ ਭੱਜੇ ਹੋਣ, ਮਾਸਟਰ ਨੇ ਕਿਹਾ। ਰੋਕੀਏ ਕਿਵੇਂ? ਉਹਨਾਂ ਕੋਲ ਹਥਿਆਰ ਵੀ ਹੋ ਸਕਦੇ ਆ। ਫਿਰਨੀ ਦਾ ਮੋੜ ਮੁੜ ਗਏ ਮੁੰਡਿਆਂ ਵੱਲ ਦੇਖਦਾ ਸਰਪੰਚ ਬੋਲਿਆ। ਸਰਪੰਚ ਸਾਹਿਬ, ਆਪਾਂ ਹੋਰ ਬੰਦੇ ਨਾਲ ਲਈਏ, ਦੇਖ ਕੇ ਆਈਏ। ਉੱਧਰ ਆਪਣੇ ਖੇਤ ਵੀ ਅਤੇ ਉੱਧਰ ਹੀ ਨੇ, ਥਾਣੇ ਵੀ ਇਤਲਾਹ ਦੇਣੀ ਬਣਦੀ ਹੈ, ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਪੁਲਿਸ ਅੱਜ ਕੱਲ੍ਹ ਕਿਵੇਂ ਪੁੱਠੀਆਂ ਪਾਉਂਦੀ ਹੈ। ਗੁਰਤੇਜ ਨੇ ਸਰਪੰਚ ਨੂੰ ਹਾਲਤਾਂ ਤੋਂ ਜਾਣੂ ਕਰਵਾਇਆ। ਮੈਂ ਚੌਕੀਦਾਰ ਭੇਜ ਕੇ ਮੋਤਬਰ ਬੰਦੇ ਇਕੱਠੇ ਕਰਦਾ, ਨਾਲੇ ਇੱਕ ਬੰਦਾ ਮੰਡੀ ਭੇਜਦਾ, ਥਾਣੇ ਇਤਲਾਹ ਕਰ ਆਓ। ਤੂੰ ਮਾਸਟਰ ਆਪਣੇ ਘਰਾਂ ਵੱਲ ਕਹਿ ਸਾਰਿਆਂ ਨੂੰ, ਆਖ ਕੇ ਸਰਪੰਚ ਤੁਰ ਗਿਆ। ਗੁਰਤੇਜ ਨੂੰ ਆਪਣੇ ਘਰ ਤੱਕ ਤਿੰਨ ਢਾਣੀਆਂ ਜੁੜੀਆਂ ਦਿਸੀਆਂ। ਹੁਣ ਗੱਲਾਂ ਕੱਸੀ ਤੋਂ ਪਾਰ ਚੱਲੀ ਗੋਲੀ ਬਾਰੇ ਹੋ ਰਹੀਆਂ ਸੀ। ਚੁੰਝ ਚਰਚਾ ਕਰਨ ਲਈ ਲੋਕਾਂ ਨੂੰ ਹਰ ਰੋਜ਼ ਹੀ ਕੋਈ ਨਵੀਂ ਵਾਰਦਾਤ ਮਿਲ ਜਾਂਦੀ ਸੀ। ਗੱਲਾਂ ਵਿਧੀ ਚੰਦ ਅਤੇ ਮਾਘੀ ਦੇ ਚਿੰਤਪੁਰਨੀ ਜਾਣ ਬਾਰੇ ਦੀ ਥਾਂ ਅੱਤਵਾਦੀਆਂ ਦੀਆਂ ਕਾਰਵਾਈਆਂ ਦੇ, ਰਾਤ ਵੇਲੇ ਬਾਬਿਆਂ ਦੇ ਚੋਲਿਆਂ 'ਚ ਤਬਦੀਲ ਹੁੰਦੀ ਪੁਲਿਸ ਵਰਦੀ ਦੀਆਂ ਹੋਣ ਲੱਗੀਆਂ। ਗੁਰਤੇਜ ਅਜੇ ਘਰ ਨਹੀਂ ਸੀ ਪਹੁੰਚਿਆ। ਗੁਰਦੁਆਰੇ ਦਾ ਸਪੀਕਰ ਖੜਕਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਕੋਠੇ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ। ਸਰਪੰਚ ਸਾਹਿਬ ਨੇ ਕਿਹਾ, ਕੱਸੀ ਦੇ ਪਾਰ ਗੋਲੀ ਚੱਲੀ ਹੈ, ਮੌਕਾ ਵੇਖਣ ਜਾਣਾ ਹੈ ਭਾਈ, ਇਕੱਠੇ ਹੋ ਕਰ ਮੰਡੀ ਵਾਲੀ ਸੱਥ ਵਿੱਚ ਆ ਜਾਓ। ਭਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਹਾਂ 'ਚ ਖੜੀਆਂ ਢਾਣੀਆਂ ਸੱਥ ਵੱਲ ਤੁਰ ਪਏ। ਜਦ ਕੋਠਿਆਂ ਦੇ ਲੋਕ ਕੱਸੀ ਤੋਂ ਪਾਰ ਵਹੀਰ ਬਣਾ ਕੇ ਪੁੱਜੇ, ਇਹਨਾਂ ਤੋਂ ਪਹਿਲਾਂ ਲਾਗਲੇ ਪਿੰਡ ਦੀ ਪੰਚਾਇਤ ਦੇ ਲੋਕ ਪਹੁੰਚੇ ਸੀ। ਗੱਭਰੂ ਮੁੰਡਾ ਮੂਧੇ ਮੂੰਹ ਪਿਆ ਸੀ। ਨੇੜੇ ਹੋਣ 'ਤੇ ਪਤਾ ਲੱਗਾ ਗੋਲੀ ਗਰਦਨ 'ਚ ਲੱਗੀ ਹੋਈ ਸੀ ਅਤੇ ਉੱਥੋਂ ਲਹੂ ਵਾ ਕੇ ਰੇਤ 'ਚ ਮਿਲਿਆ ਹੋਇਆ। ਉੱਥੇ ਸਹਿਮ ਦਾ ਮਾਹੌਲ ਸੀ। ਕਮਜ਼ੋਰ ਦਿਲਾਂ ਵਾਲੇ ਪਿੱਛੇ ਖੜ੍ਹੇ ਬੇਸਿਰ ਪੈਰ ਦੀਆਂ ਗੱਲਾਂ ਕਰੀ ਜਾ ਰਹੀ ਸੀ। ਹਰ ਕੋਈ ਆਪਣੀ ਮਾਰ ਰਿਹਾ ਸੀ, ਕੋਈ ਕੀ ਆਖੀ ਜਾ ਰਿਹਾ, ਕੋਈ ਵੀ ਧਿਆਨ ਨਹੀਂ ਸੀ ਦਿੰਦਾ, ਪਰ ਗੱਲਾਂ ਸੁਣਦੀਆਂ। ਪੁਲਿਸ ਮੁਕਾਬਲਾ ਹੋਇਆ ਲੱਗਦਾ। ਮੈਨੂੰ ਤਾਂ ਲੱਗਦਾ ਖਾੜਕੂ ਆਪੋ ਵਿੱਚ ਹੀ ਲੜੇ, ਉਹ ਕਾਲੇ ਕੱਛਿਆਂ ਵਾਲੇ ਹੀ ਫਿਰਦੇ ਆ ਇੱਧਰ। ਉਹ ਵੇਖ ਤਾਂ ਲਓ ਸਿੱਧਾ ਕਰਕੇ, ਕੋਈ ਆਪਣਾ ਹੀ ਨਾ ਹੋਵੇ। ਕਮਲਾ ਹੋ ਗਿਆ, ਹੱਥ ਲਾ ਕੇ ਮਰਨਾ। ਹੋਰ ਵੀ ਰੌਲਾ ਪਈ ਜਾਂਦਾ ਸੀ। ਮਰੇ ਪਏ ਸਿੰਘ ਤੋਂ 50 ਕੁ ਗਜ਼ ਦੂਰ ਇੱਕ ਜਣੇ ਨੂੰ ਕਾਲਾ ਤੇਲ ਡੁੱਲਿਆ ਤੇ ਸਰਾਂ ਦੇ ਇੱਕ ਬੂਝੇ ਨੂੰ ਅੱਗ ਵੀ ਲੱਗੀ ਹੋਈ ਸੀ ਜਿਹੜੀ ਅਜੇ ਤੱਕ ਧੁੱਖ ਰਹੀ ਸੀ। ਇੱਕ ਹੋਰ ਨੇ ਨਵਾਂ ਹੀ ਸ਼ੋਸ਼ਾ ਛੱਡਿਆ, ਇੱਥੇ ਭੱਠੀ ਲਾਈ ਹੋਊ, ਸ਼ਰਾਬ ਕੱਢਦੇ ਹੋਣਗੇ, ਉੱਪਰੋਂ ਸਿੰਘ ਆ ਗਏ, ਪੈ ਗਏ ਪਟਾਕੇ, ਭਾਂਡੇ ਮਾਰੇ ਹੋਣਗੇ ਕੱਸੀ 'ਚ ਅਤੇ ਹੋ ਗਏ ਰਫੂ ਚੱਕਰ। ਆ ਮਾਰਿਆ ਤਾਂ ਸਿੰਘ ਪਿਆ। ਇੱਕ ਹੋਰ ਨੂੰ ਉਹਦੀ ਬੁੱਧੀ ਉੱਪਰ ਹਾਸਾ ਆਇਆ, ਕਿਉਂ ਸਿੰਘ ਨੂੰ ਗੋਲੀ ਨਹੀਂ ਵੱਜ ਸਕਦੀ? ਕਹਿਣ ਵਾਲੇ ਨੇ ਹੱਤਕ ਮੰਨੀ, ਕਿਉਂ ਭਕਾਈ ਮਾਰੀ ਜਾਂਦੇ ਆ? ਮੌਕਾ ਤਾਂ ਵੇਖ ਲਿਆ ਕਰੋ। ਕੋਠਿਆਂ ਦੇ ਸਰਪੰਚ ਨੇ ਝਿੜਕੇ ਚੁੱਪ ਕਰਾ ਦਿੱਤੀ। ਨੌਜਵਾਨ ਮੁੰਡਾ ਮਰਿਆ ਪਿਆ, ਪਤਾ ਨਹੀਂ ਕਿਹਦੇ 'ਤੇ ਬਿਪਤਾ ਪੈਣੀ ਹੈ, ਇਹ ਆਪਣੀਆਂ ਸਿਆਣਪਾਂ ਘੋਟੀ ਜਾਂਦੀ ਹੈ। ਸਾਰੇ ਚੁੱਪ ਹੋ ਗਏ। ਸਰ ਦੇ ਬੂਝੇ 'ਚ ਅਜੇ ਵੀ ਧੂੰਆਂ ਨਿਕਲੀ ਜਾ ਰਿਹਾ ਸੀ। ਠੀਕ ਇਸ ਵੇਲੇ ਪੁਲਿਸ ਦੀ ਜੀਪ ਧੂੜ ਉਡਾਉਂਦੀ ਆ ਖੜੀ। ਚਾਰ ਸਿਪਾਹੀ ਛਾਲਾ ਮਾਰ ਕੇ ਉੱਤਰੇ। ਪਿੱਛੇ ਥਾਣੇਦਾਰ ਮੜਕ ਜਿਹੀ ਨਾਲ ਮੁਰਲੀ ਸੀਟ 'ਚੋਂ ਬਾਹਰ ਆਇਆ, ਲੱਕ ਨਾਲ ਬੰਨਿਆ ਪਿਸਤੌਲ
ਰੁੱਖ ਸਿਰ ਕਰਦਾ ਲੋਕਾਂ ਦੀ ਭੀੜ ਵਾਲੇ ਉਹ ਝਾਕਿਆ ਜਿਵੇਂ ਸਾਰੇ ਮੁਲਜ਼ਮ। ਮਾਸਟਰ ਗੁਰਤੇਜ ਵਾਰਦਾਤ ਵਾਲੀ ਥਾਂ ਉੱਪਰ ਨਹੀਂ ਸੀ ਗਿਆ। ਉਹ ਜਾਣਦਾ ਸੀ ਇਹੋ ਜਿਹੇ ਮੌਕੇ ਪੁਲਿਸ ਦਾ ਵਿਹਾਰ ਕਿਹੋ ਜਿਹਾ ਹੁੰਦਾ। ਉਹਨੇ ਘਰ ਰਹਿਣਾ ਹੀ ਠੀਕ ਸਮਝਿਆ। ਉਹਦਾ ਪਿਓ ਚੰਨਣ ਸਿੰਘ ਗਿਆ ਸੀ। ਸੂਰਜ ਛਿੱਪਣ ਤੋਂ ਬਾਅਦ ਉਹ ਘਰ ਆਇਆ। ਆਉਂਦਾ ਹੀ ਨਲਕੇ ਵੱਲ ਗਿਆ। ਉੱਥੇ ਮੂੰਹ ਹੱਥ ਧੋ ਕੇ ਆਪਣੇ ਉੱਪਰੋਂ ਦੀ ਪਾਣੀ ਦੇ ਛਿੱਟੇ ਪਿਛਾਂ ਸੁੱਟੇ, ਜਿਵੇਂ ਕਿਸੇ ਦੇ ਸੰਸਕਾਰ ਤੋਂ ਆਇਆ ਹੋਵੇ। ਗੁਰਤੇਜ ਨੇ ਪੁੱਛਿਆ, ਕਿਵੇਂ ਨਿਬੜੀ ਬਾਪੂ? ਉਹ ਗਾਲਾਂ ਖਾਣੀਆਂ ਸੀ ਪੁਲਿਸ ਵਾਲਿਆਂ ਤੋਂ, ਖਾ ਆਏ। ਇਹਨਾਂ ਨੂੰ ਗਾਲਾਂ ਦਾ ਕੋਰਸ ਪਤਾ ਨਹੀਂ ਕੌਣ ਕਰਾਉਂਦਾ। ਨਾ ਬਜ਼ੁਰਗ ਦਾੜੀਆਂ ਦਾ ਖਿਆਲ ਰੱਖਣ, ਨਾ ਤੀਵੀਆਂ ਦਾ। ਥਾਣੇਦਾਰ ਆਉਂਦਾ, ਮੈਨੂੰ 2 ਦਿਨਾਂ 'ਚ ਪਤਾ ਲੱਗਣਾ ਚਾਹੀਦਾ ਬੰਦਿਆਂ ਦਾ, ਨਹੀਂ ਤਾਂ ਤੁਸੀਂ ਜਾਣਦੇ ਆ ਮੈਨੂੰ, ਦਾੜੀਆਂ ਪੁੱਟ ਕੇ ਮੈਂ ਕਿੱਥੇ ਤੁੰਨਦਾ ਹੁੰਦਾ। ਕਿਹਾ ਤਾਂ ਬਾਪੂ ਉਹਨੇ ਹੋਰ ਤਰ੍ਹਾਂ ਹੋਣਾ, ਤੂੰ ਥਾਣੇਦਾਰ ਦਾ ਲਿਹਾਜ਼ ਕਰੀ ਜਾਂਦਾ, ਗੁਰਤੇਜ ਨੇ ਹੱਸਦਿਆਂ ਕਿਹਾ। ਉਹ ਤੈਨੂੰ ਪਤਾ ਹੀ ਹੈ ਫਿਰ ਥਾਣੇਦਾਰ ਕਿਹੜੀ ਬੋਲੀ ਬੋਲਦਾ ਹੁੰਦਾ, ਮੇਰੀ ਜ਼ਬਾਨ ਗੰਦੀ ਕਾਹਤੋਂ ਕਰਾਉਣਾ, ਗੁਰਤੇਜ ਦੇ ਬਾਪੂ ਨੇ ਦੁਖੀ ਹੁੰਦਿਆਂ ਕਿਹਾ। ਨਾ ਫਿਰ ਬੋਲਿਆ ਨਹੀਂ ਕੋਈ ਲੋਕਾਂ 'ਚ, ਬੋਲਣਾ ਕਿਹਨੇ ਸੀ ਗੁਰਤੇਜ। ਥਾਣੇਦਾਰ ਨੇ ਪਿੰਡਾਂ ਵਾਲਿਆਂ ਤੋਂ ਹੀ ਉਹਨੂੰ ਸਿੱਧਾ ਕਰਾਇਆ। ਕਹਿੰਦਾ ਪਛਾਣੋ। ਪਛਾਣੇ ਕਿਹੜਾ, ਸਾਰੇ ਕਹਿਣ ਅਸੀਂ ਤਾਂ ਪਹਿਲੀ ਵਾਰ ਦੇਖਿਆ, ਸਾਡੇ ਪਿੰਡਾਂ ਦਾ ਹੈ ਨਹੀਂ। ਥਾਣੇਦਾਰ ਨੇ ਆਪਣੇ ਕੋਠਿਆਂ ਦੇ ਸਰਪੰਚ ਨੂੰ ਹੁਕਮ ਚਾੜਿਆ, ਟਰੈਕਟਰ ਟਰਾਲੀ ਲਿਆ ਘਰੋਂ, ਇਹਨੂੰ ਮੰਡੀ ਦੇ ਸਰਕਾਰੀ ਹਸਪਤਾਲ ਪਹੁੰਚਾਓ, ਉੱਥੇ ਪੋਸਟਮਾਰਟਮ ਹੋਣਾ, ਫਿਰ ਇੱਕ ਜਣਾ ਮੁਨਸ਼ੀ ਹੋਣਾ ਜਾਂ ਕੋਈ ਹੋਰ ਪੰਚਨਾਮਾ ਤਿਆਰ ਕਰਨ ਲੱਗਾ। ਮੈਂ ਤਾਂ ਆ ਗਿਆ, ਫਿਰ ਸਾਰੀ ਕਾਰਵਾਈ ਦੇਖ ਕੇ ਆਉਣੀ ਸੀ। ਕਰਨਾ ਕੀ ਸੀ ਉੱਥੇ, ਥਾਣੇਦਾਰ ਤਾਂ ਧਮਕੀਆਂ ਦੇਣ ਲੱਗਾ ਸੀ। ਮੈਂ ਫਿਰ ਆਊਂਗਾ 2 ਦਿਨਾਂ ਨੂੰ, ਆਪਣੇ ਆਪਣੇ ਪਿੰਡ 'ਚ ਪਤਾ ਕਰੋ ਕਿਹੜਾ ਵਾਂਢੇ ਗਿਆ ਹੋਇਆ, ਸਾਰੇ ਪਿੰਡ ਨੂੰ ਇਕੱਠਾ ਕਰੂੰ ਪਿੜਾਂ 'ਚ, ਇੱਕ ਇੱਕ ਦੇ ਪਟਾ ਫੇਰੂੰ, ਮੈਨੂੰ ਕਾਤਲ ਚਾਹੀਦਾ, ਨਹੀਂ ਤਾਂ ਮੈਨੂੰ ਸੱਚ ਕਢਾਉਣਾ ਆਉਂਦਾ। ਐਂ ਬਕੀ ਜਾਂਦਾ ਸੀ ਥਾਣੇਦਾਰ। ਕੋਈ ਤਾਂ ਬੋਲਦਾ ਬਾਪੂ, ਗੁਰਤੇਜ ਨੂੰ ਗੁੱਸਾ ਆ ਰਿਹਾ ਸੀ। ਜਿਹੜਾ ਬੋਲਦਾ ਛਿੱਤਰ 'ਚ ਸੱਟ ਕੇ ਥਾਣੇ ਲੈ ਜਾਂਦੇ, 20 ਦੇਸੀ ਪਿਸਤੌਲ ਹੁੰਦੇ ਆ ਥਾਣਿਆਂ 'ਚ, ਆਖ ਹੀ ਦੇਣਾ ਵਾਰਦਾਤ ਕਰਕੇ ਭੱਜਿਆ ਜਾਂਦਾ ਫੜਿਆ। ਕਿਸੇ ਨੇ ਪੁੱਛਣਾ ਨਾ ਕੋਈ ਦਲੀਲ, ਨਾ ਕੋਈ ਅਪੀਲ, ਨਾ ਕੋਈ ਮਿੰਨਤ ਤਰਲਾ। ਚੰਗਾ ਹੋ ਗਿਆ ਤੂੰ ਗਿਆ ਨਹੀਂ, ਤੂੰ ਉੱਥੇ ਬੋਲਣੋਂ ਨਹੀਂ ਸੀ ਹਟਣਾ ਅਤੇ ਕੋਈ ਪੰਗਾ ਪੈ ਜਾਣਾ ਸੀ, ਇਹ ਤਾਂ ਫਿਰ ਚੰਗਾ ਨਹੀਂ ਹੋਇਆ ਬਾਪੂ, ਕਿਸੇ ਨੂੰ ਤਾਂ ਬੋਲਣਾ ਪਊ। ਗੁਰਤੇਜ ਨੇ ਜਿਵੇਂ ਆਪਣੇ ਆਪ ਨੂੰ ਕਿਹਾ। ਫਿਰ ਸੋਚਣ ਲੱਗਾ, ਆਪਣੇ ਪਿੰਡ 'ਚ ਤਾਂ ਖੱਤਰੀਆਂ ਦਾ ਵਿਧੀ ਚੰਦ ਅਤੇ ਉਹਦਾ ਬੇਲੀ ਮਾਘੀ ਹੈ ਨਹੀਂ, 3-4 ਲੋਕ ਕਹਿੰਦੇ ਆ ਉਹ ਦੋਵੇਂ ਚਿੰਤਪੁਰਨੀ ਗਏ। ਜੇ ਕਿਸੇ ਨੇ ਥਾਣੇਦਾਰ ਨੂੰ ਦੱਸਤਾ, ਉਹ ਤਾਂ ਬਹਾਨਾ ਭਾਲਦਾ, ਬੇਕਸੂਰੇ ਕੁੱਟੇ ਜਾਣਗੇ, ਕੀ ਬਣੂ। ਪੰਜਾਬ ਦੇ ਲੋਕਾਂ ਦਾ ਇਹੋ ਜਿਹੇ ਮਾਹੌਲ 'ਚ ਤਾਂ ਸਾਹ ਲੈਣਾ ਔਖਾ ਹੋਇਆ ਪਿਆ। ਫਿਰ ਉਹ ਨੌਜਵਾਨਾਂ ਅਤੇ ਵਡੇਰੀ ਉਮਰ ਦੇ ਬੰਦਿਆਂ ਬਾਰੇ ਸੋਚਣ ਲੱਗਾ। ਕਿੱਧਰ ਨੂੰ ਤੁਰੀ ਜਾਂਦੀ ਹੈ ਸੋਚ। ਕਾਲਜਾਂ 'ਚ ਤਾਂ ਫੈਸ਼ਨ ਹੀ ਬਣ ਗਿਆ, ਚਿੱਟਾ ਕੁੜਤਾ, ਪਜਾਮਾ, ਬਾਹਰ ਦੀ ਗਾਤਰੇ ਵਾਲੀ ਕਿਰਪਾਨ, ਕੇਸਰੀ ਬਾਗ, ਹਰ ਕੋਈ ਆਪਣੇ ਆਪ ਨੂੰ ਹੀਰੋ ਸਮਝਦਾ। ਪੰਜਾਬੀ ਤਾਂ ਸਾਰੇ ਸੰਸਾਰ ਨੂੰ ਹੀ ਪੰਜਾਬ ਬਣਾਈ ਫਿਰਦੇ ਨੇ। ਕਾਕਾ ਤੇਰੀ ਮਾਂ ਆਵਾਜ਼ਾਂ ਮਾਰੀ ਜਾਂਦੀ ਹੈ, ਰੋਟੀ ਖਾ ਲਾ ਵੇਲੇ ਨਾਲ। ਚਾਨਣ ਸਿੰਘ ਨੇ ਗੁਰਤੇਜ ਦੀ ਸੋਚ ਲੜੀ ਤੋੜ। ਗੁਰਤੇਜ ਨੇ ਸਿਰ ਝਟਕੇ ਆਪਣੇ ਆਪ 'ਤੇ ਵਿਅੰਗ ਜਿਹੇ ਨਾਲ ਹੱਸਿਆ ਅਤੇ ਚੌਂਕੇ ਵੱਲ ਤੁਰ ਗਏ। ਥਾਣੇਦਾਰ ਦੀ ਦਿੱਤੀ ਧਮਕੀ ਵਾਲੇ 2 ਦਿਨ ਲੰਘ ਗਏ। ਸਰਪੰਚ ਅਤੇ ਮੈਂਬਰ ਪੰਚਾਇਤ ਦੋਵੇਂ ਦਿਨੀ ਮੰਡੀ ਦੇ ਥਾਣੇ ਜਾਂਦੇ ਰਹੇ ਸੀ। ਉਹਨਾਂ ਰਾਹੀਂ ਕੋਠਿਆਂ ਵਾਲਿਆਂ ਨੂੰ ਵੀ ਖਬਰਾਂ ਮਿਲੀ ਜਾਂਦੀਆਂ। ਕੱਸੀ ਦੇ ਪਾਰ ਮਾਰੇ ਗਏ ਗੱਭਰੂ ਦਾ ਪੋਸਟਮਾਰਟਮ ਹੋ ਗਿਆ ਸੀ। ਸ਼ਨਾਖਤ ਲਈ ਲਾਸ਼ ਹਸਪਤਾਲ 'ਚ ਹੀ ਰੱਖੀ ਰਹੀ, ਕੋਈ ਵੀ ਸ਼ਨਾਖਤ ਕਰਨ ਨਾ ਆਇਆ। ਅੱਜ 3rd ਦਿਨ ਲਾਵਾਰਸ ਕਰਾਰ ਦੇ ਕੇ ਪੁਲਿਸ ਦੀ ਨਿਗਰਾਨੀ 'ਚ ਉਹਦਾ ਸੰਸਕਾਰ ਹੋਣਾ ਸੀ। ਸੱਥ ਵਿੱਚ ਬੋਰਡ ਦੇ ਹੇਠਾਂ ਜੁੜੇ ਲੋਕਾਂ ਵਿੱਚ ਇਸੇ ਘਟਨਾ ਦੀ ਚਰਚਾ। ਪਾਖਰ ਦੇ ਪਿਓ ਨੇ ਹਾਂ ਦਾ ਨਾਰਾ ਮਾਰਦਿਆਂ ਕਿਹਾ, ਪਤਾ ਨਹੀਂ ਖਾੜਕੂ ਨਹੀਂ ਸੀ, ਚੋਰ ਲੁਟੇਰਾ ਸੀ, ਕਾਲੇ ਕੱਛੇ ਵਾਲਾ ਸੀ, ਮਾਪਿਆਂ ਦਾ ਕੜੀ ਅਰਗਾ ਗੱਭਰੂ, ਭੰਗ ਦੇ ਭਾਅ ਚਲਾ ਗਿਆ। ਸੰਸਕਾਰ ਵੀ ਹੋਣਾ, ਲਾਵਾਰਸ ਲੋੜਾ ਨਹੀਂ। ਤਾਇਆ ਸਿਆਂ
ਇਹ ਕਿਤੇ ਇਸ ਇਕੱਲੇ ਨਾਲ ਹੋਈ ਹੈ, ਇਹੋ ਜਿਹੇ ਪਤਾ ਨਹੀਂ ਕਿੰਨੇ ਲਾਵਾਰਸ ਕਰਕੇ ਸਾੜੇ ਹੈ, ਕੋਈ ਪੁੱਛਦਾ? ਗੱਲ ਇੱਥੇ ਹੀ ਨਹੀਂ ਮੁੱਕਣੀ, ਕੋਈ ਵੱਡਾ ਘੱਲੂਘਾਰਾ ਹੋਊਗਾ, ਵੇਖੀ ਜਾਇਓ। ਫੌਜ ਨੇ ਸਾਰਾ ਅੰਮ੍ਰਿਤਸਰ ਘੇਰ ਲਿਆ। ਹੁਣ ਪਾਕਿਸਤਾਨੀਆਂ ਦੇ ਜਗਤੇ ਦਾ ਪਿਓ ਬੋਲਿਆ, ਉਹ ਉਰਦੂ ਪੜ੍ਹਨ ਜਾਣਦਾ ਸੀ, ਜਦੋਂ ਕਦੇ ਮੰਡੀ ਜਾਂਦਾ ਉਰਦੂ ਦਾ ਅਖਬਾਰ ਖਰੀਦ ਲੈਂਦਾ, ਫਿਰ ਹਰ ਸਮੇਂ ਉਹਨੂੰ ਕੱਛ 'ਚ ਰੱਖਦਾ, ਜਿੰਨਾ ਚਿਰ ਉਹ ਫਿਰ ਮੰਡੀ ਨਹੀਂ ਸੀ ਜਾਂਦਾ। ਸੱਥ ਵਿੱਚ ਉਹਦੇ ਹਾਣੀ ਛੇੜਦੇ, ਲੋਹਰੀਆ ਤੈਨੂੰ ਤਾਂ ਗੁਰਬਾਣੀ ਵਾਂਗੂ ਜ਼ਬਾਨੀ ਯਾਦ ਹੋ ਜਾਂਦਾ ਹੋਣਾ, ਵੇਲਾ ਪੂਰਾ ਕਰਨਾ ਭਰਾ, ਜੋ ਮਰਜ਼ੀ ਆਖੋ ਪਏ, ਫਸ ਛੱਡਦਾ। ਜਗਤੇ ਦੇ ਪਿਓ ਦੀ ਗੱਲ ਉੱਪਰ ਨੰਬਰਦਾਰ ਨੇ ਕਿਹਾ, ਆ ਜਿਹੜੀ ਇੰਦਰਾ ਆ, ਆ ਜਿਹਨੂੰ ਇੰਦਰਾ ਗਾਂਧੀ ਆਖਦੇ ਆ, ਇਹ ਖੈਰ ਹੱਥੀ ਨਹੀਂ, ਪੱਥਰ ਚੱਟ ਕੇ ਮੁੜੂ, ਵੇਖ ਲਿਓ। ਭਗਵਾਨ ਸਿੰਘ ਕਵੀਸ਼ਰ ਆਖਦਾ ਹੈ, ਜੇ ਚੜ੍ਹੀ ਰੰਨ ਸਾਰੇ ਹੱਦਾਂ ਬੰਨੇ ਟੱਪ ਜਾਏ, ਫਿਰ ਭਗਵਾਨ ਸਿੰਘਾ ਗੁਰੂ ਦੀ ਨਾ ਭੀੜ ਦੀ, ਇਹ ਆਪਦੀ ਹਿੰਡ ਪੂਰੀ ਕਰਕੇ ਹਟੂ, ਭੁਗਤਣੀ ਇਹਨੂੰ ਵੀ ਪਊ, ਵੇਖ ਲਿਓ। ਆਪਾਂ ਤਾਂ ਹੁਣ ਭੁਗਤੀ ਜਾਂਦੇ ਹਾਂ ਲੋਹਰੀਆਂ, ਲੋਕ ਵੰਝ 'ਤੇ ਟੰਗੇ ਆ ਸਰਕਾਰ ਨੇ, ਵਿਸ਼ਨੇ ਦਾ ਪਿਓ ਬੋਲਿਆ। ਸੂਰਜ ਛਿਪ ਗਿਆ ਸੀ, ਗੁਰਦੁਆਰੇ ਦੇ ਸਪੀਕਰ ਰਾਹੀਂ ਰਹਿਰਾਸ ਦੇ ਪਾਠ ਦੀ ਆਵਾਜ਼ ਸੁਣਨ ਲੱਗੀ। ਬੋਰਡ ਹੇਠਾਂ ਹਨੇਰਾ ਤੇਜ਼ੀ ਨਾਲ ਪਸਰ ਰਿਹਾ ਸੀ। ਜਦ ਲੋਕ ਘਰਾਂ ਨੂੰ ਜਾਣ ਲਈ ਉੱਠਣ ਲੱਗੇ ਤਾਂ ਮਾਘੀ ਦਾ ਇੱਕ ਗੁਆਂਢੀ ਨੰਬਰਦਾਰ ਕੋਲ ਜਾ ਕੇ ਬੋਲੇ, ਥਾਣੇ ਤਾਂ ਨਹੀਂ ਪਤਾ ਲੱਗਿਆ, ਲਾਲਿਆਂ ਦਾ ਵਿਧੀ ਚੰਦ ਅਤੇ ਮਾਘੀ 3-4 ਦਿਨਾਂ ਦੇ ਪਿੰਡ ਨਹੀਂ ਆਏ, ਜਿੰਨਾ ਚਿਰ ਕੋਈ ਦੱਸੂ ਨਾ ਉਹਨਾਂ ਨੂੰ ਸੁਪਨਾ ਆਜੂ, ਨੰਬਰਦਾਰ ਗੁਆਂਢੀ ਦੇ ਗਲ ਪੈਣ ਵਾਂਗ ਬੋਲਿਆ। ਹਾਂ ਆਹੋ ਕਰਦਾ ਗੁਆਂਢੀ ਖਿਸਕ। ਉਂਝ ਕਈ ਜਣੇ ਚਾਹੁੰਦੇ ਸੀ ਇਸ ਗੱਲ ਦਾ ਠਾਣੇ ਪਤਾ ਲੱਗੇ, ਉਹਨਾਂ ਦੇ ਦੋਖੀ ਤਾਂ ਆਪਸ 'ਚ ਗੱਲਾਂ ਵੀ ਕਰਦੇ, ਇਹਨਾਂ ਦੇ ਇੱਕ ਵਾਰੀ ਛਿੱਤਰ ਪੈ ਜਾਣ ਸਵਾਦ ਆ ਜੇ। ਨੰਬਰਦਾਰਾਂ ਦੇ ਸੀਰੀ ਤੇਗੇ ਨੂੰ ਆਪਣਾ ਹਰਖ ਭੰਤੋ ਦੀ ਭਰਜਾਈ ਦੀ ਥਾਂ ਲੱਗਦੀ ਸੀ, ਸ਼ਰੀਕ ਵੀ ਸੀ, ਅਤੇ ਜਦੋਂ ਦੀ ਵਿਧੀ ਚੰਦ ਦੇ ਘਰ ਸਫਾਈ ਕਰਨ ਲੱਗੀ ਸੀ, ਵਿਹੜੇ ਦੀਆਂ ਤੀਵੀਆਂ ਨੂੰ ਨੱਕ ਥੱਲੇ ਨਹੀਂ ਸੀ ਲਿਆਉਂਦੀ, ਆਪਣੇ ਬੇਲੀਆਂ 'ਚ ਦੇਸੀ ਦਾਰੂ ਪੀ ਕੇ ਤੇਗਾ ਕਚੀਚੀਆਂ ਲੈਂਦੀ। ਇਹਨੂੰ ਮੈਂ ਲੱਤ ਥੱਲਿਓ ਨਾ ਕੱਢਿਆ, ਮੇਰਾ ਨਾਂ ਵੀ ਤੇਗਾ ਨਹੀਂ। ਹੁਣ ਵਾਲੀ ਘਟਨਾ ਤੋਂ ਤਾਂ ਉਹਦਾ ਜੀ ਕਰਦਾ ਸੀ ਥਾਣੇ ਜਾ ਕੇ ਆਪ ਦੱਸ ਆਵਾਂ, ਵਿਧੀ ਚੰਦ ਪਿੰਡੋਂ ਲਾਪਤਾ ਹੈ, ਆਜੂ ਸਵਾਦ। ਜਦੋਂ ਪੁਲਿਸ ਨੇ ਚੱਡੇ ਚੌੜੇ ਕਰਕੇ ਤੁਰਨ ਲਾ, ਤੇਰੇ ਵਰਗੇ ਹੋਰ ਵੀ 3 ਜਣੇ ਹੈ ਸਨ ਜਿਨ੍ਹਾਂ ਤੋਂ ਭੰਤੋ ਵਿਧੀ ਚੰਦ ਦੇ ਘਰ ਜਾਂਦੀ ਬਰਦਾਸ਼ਤ ਨਹੀਂ ਸੀ ਹੁੰਦੀ। ਹੌਲੀ ਹੌਲੀ ਬੋਰਡ ਹੇਠਾਂ ਸੁੰਨ ਸਰਾਂ ਹੋ ਗਈ। ਜਿਸ ਵੇਲੇ ਕੋਠਿਆਂ ਦੀ ਸੱਥ ਵਿੱਚ ਜਾਂ ਮਾਸਟਰ ਗੁਰਤੇਜ ਆਪਣੇ ਪਿਓ ਨਾਲ ਵਿਧੀ ਚੰਦ ਅਤੇ ਮਾਘੀ ਦੇ ਚਿੰਤਪੁਰਨੀ ਜਾਣ ਬਾਰੇ ਗੱਲਾਂ ਕਰ ਰਹੇ ਸੀ, ਉਸ ਵੇਲੇ ਇਹ ਦੋਵੇਂ ਜਣੇ ਕੋਠਿਆਂ ਤੋਂ 40-50 ਮੀਲ ਦੂਰ ਇੱਕ ਉੱਪਰੇ ਜਿਹੇ ਪਿੰਡ ਦੇ ਬਾਹਰ ਸਾਧੂ ਦੀ ਇੱਕ ਕੁਟੀਆ 'ਚ ਬੈਠ, ਪਿਛਲੇ 3 ਦਿਨਾਂ ਤੋਂ ਇੱਥੇ ਟਿਕੇ ਹੋਏ ਸੀ। ਕੁਟੀਆ ਦੇ ਚੁਫੇਰੇ ਭੰਗ ਦੇ ਬੂਟੇ ਸੀ, ਮਾਘੀ ਉਹਨਾਂ 'ਚ ਗੇੜਾ ਦਿੰਦਾ, ਹੱਥ ਉੱਪਰ ਮਲਦਾ ਰਹਿੰਦਾ, ਫਿਰ ਉੱਥੇ ਜਿੰਨੇ ਵੀ ਹੁੰਦੇ ਚਿਲਮ ਦੇ ਸੂਟੇ ਖਿੱਚਦੇ। ਸਾਧੂ ਇਸ ਕੰਮ 'ਚ ਪੂਰਾ ਮਾਹਰ ਸੀ, ਉਹ ਤਾਂ ਸੂਟਾ ਖਿੱਚਦਾ, ਚਿਲਮ ਵਿੱਚੋਂ ਨੀਲੀ ਲਾਟ ਕੱਢ ਦਿੰਦਾ। ਸਾਧ ਦੀ ਆਸੇ ਪਾਸੇ ਪੂਰੀ ਮਹਿਮਾ ਸੀ, ਉਹ ਲੋਕਾਂ ਨੂੰ ਅੱਖਾਂ ਦੀ ਮੁਫ਼ਤ ਦਵਾਈ ਦਿੰਦਾ। ਇੱਕ ਦਿਨ ਸਾਧ ਨੇ ਵਿਧੀ ਚੰਦ ਦੇ ਸਾਹਮਣੇ ਦਵਾਈ ਤਿਆਰ ਕੀਤੀ ਅਤੇ ਸ਼ੀਸ਼ਿਆਂ 'ਚ ਭਰਨ ਵੇਲੇ ਵਿਧੀ ਚੰਦ ਨੇ ਉਹਦੀ ਮਦਦ ਕੀਤੀ। ਪਿੰਡਾਂ ਦੇ ਲੋਕ ਜਿਹੜੇ ਅੱਖਾਂ ਦੇ ਮਾਹਰ ਡਾਕਟਰਾਂ ਦੀ ਫੀਸ ਦੇਣ ਜੋਗੇ ਨਹੀਂ ਸੀ, ਉਹ ਦਵਾਈ ਲੈਣ ਸਾਧ ਕੋਲ ਆਏ ਰਹਿੰਦੇ। ਕੁਟੀਆ ਤੋਂ ਅਤੇ ਹਰ ਸਮੇਂ ਭੀੜ ਰਹਿੰਦੇ। ਕੱਤੇ ਦਾ ਮਹੀਨਾ ਲੰਘ ਗਿਆ ਸੀ, ਵਿਧੀ ਚੰਦ ਅਤੇ ਮਾਘੀ ਵੀ ਦਿਵਾਲੀ ਦੀ ਕੁਟੀਆ 'ਚ ਹੀ ਲੰਘੀ। ਕੁਟੀਆ ਦੇ ਪਿਛਵਾੜੇ ਇੱਕ ਛੱਪਰ ਥੱਲੇ ਦੋਵੇਂ ਸੌਂਦੇ ਸੀ, ਸਾਧੂ ਨੇ ਉਹਨਾਂ ਨੂੰ ਦਾਨ ਕੀਤੇ ਅਤੇ ਭੂਰੇ ਦਿੱਤੇ ਹੋਏ ਸਨ। ਇੱਕ ਰਾਤ ਉਹ ਲੇਟੇ ਹੋਏ ਸੀ, ਨੀਂਦ ਨਹੀਂ ਸੀ ਆ ਰਹੀ। ਕੈਨੇਡਾ ਵਾਲੇ ਬਜ਼ੁਰਗ ਜੋੜੇ ਪਾਸੋਂ ਖੋਇਆ ਪਿਸਤੌਲ ਛੱਪਰ ਦੀ ਛੱਤ 'ਚ ਤੁੰਨਿਆ ਹੋਇਆ ਸੀ। ਸਾਧ ਨੂੰ ਇਹਨਾਂ ਉੱਪਰ ਕੋਈ ਸ਼ੱਕ ਨਹੀਂ ਸੀ, ਇਹਨਾਂ ਨੇ ਆਉਂਦਿਆਂ ਹੀ ਦੱਸ ਦਿੱਤਾ ਸੀ ਚਿੰਤਪੁਰਨੀ ਤੋਂ ਆਏ ਹਾਂ ਬਾਬਿਓ, ਹੁਣ ਡੇਰਿਆਂ 'ਤੇ ਸੇਵਾ ਕਰਕੇ ਮੁੜਾਂਗੇ। ਪਏ ਪਏ ਮਾਘੀ ਨੇ ਪੁੱਛਿਆ, ਪਿੰਡ ਕਦੋਂ ਮੁੜਾਂਗੇ ਭੱਜਿਆ? ਉੱਧਰ ਗਿਆ ਐਡੀ ਛੇਤੀ, ਉੱਧਰਿਆ ਤਾਂ ਨਹੀਂ, ਪਤਾ ਕਰਨਾ ਸੀ ਪਿੰਡ 'ਚ ਕੀ ਗੱਲਾਂ ਹੁੰਦੀਆਂ ਹੋਣੀਆਂ, ਕੀ ਪਤਾ ਪੁਲਿਸ ਭਾਲਦੀ ਫਿਰਦੀ ਹੋ। ਉਹ ਖਾੜਕੂ ਜੇ ਪਤਾ ਨਹੀਂ ਕਿੱਧਰੋਂ ਨਿਕਲ ਆਈ ਯਾਰ,
ਆਪਾਂ ਤਾਂ ਕਾਰਵਾਈ ਪਾ ਕੇ ਚੰਗੇ ਭਲੇ ਤੁਰੇ ਆਉਂਦੇ ਸੀ। ਲੁਕੇ ਤਾਂ ਉਹ ਪਹਿਲਾਂ ਹੀ ਹੋਣਗੇ, ਬਾਕੀ ਰਾਤ ਵੇਲੇ ਵਾਰਦਾਤ ਕਰਨੀ ਹੋਊ ਕੋਠਿਆਂ 'ਚ ਜਾਂ ਆਸੇ ਪਾਸੇ। ਮੈਨੂੰ ਲੱਗਦਾ ਵਿਧੀ ਚੰਦਾ ਜਦ ਆਪਾਂ ਝੱਲ ਨੂੰ ਅੱਗ ਲਾਈ ਉਦੋਂ ਭੜਕ ਪਈ, ਭੜਕੇ ਨਹੀਂ ਹੋਣੇ ਡਰ ਗਏ ਹੋਣਗੇ। ਵਿਧੀ ਚੰਦ ਨੂੰ ਖੰਘ ਆ ਗਈ। ਕੀ ਗੱਲ ਹੋ ਗਈ? ਮਾਘੀ ਨੇ ਛੇੜਿਆ, ਯਾਰ ਦਾਰੂ ਨਹੀਂ ਪੀਤੀ ਕਈ ਦਿਨਾਂ ਦੀ, ਭੰਗ ਨੇ ਗਲ ਖੁਸ਼ਕ ਕੀਤਾ ਪਿਆ। ਜੇ ਆਪਾਂ ਝੱਲ ਨੂੰ ਅੱਗ ਨਾ ਲਾਉਂਦੇ, ਮਾਘੀ ਕਿਉਂ ਝੂਰੀ ਜਾਂਦਾ? ਮੈਂ ਸੋਚਿਆ ਸੀ ਕੈਨੇਡਾ ਵਾਲਿਆਂ ਦਾ ਇੰਨਾ ਮਾਲ ਹੱਥ ਲੱਗਿਆ, ਹੁਣ ਨਹੀਂ ਕਾਲੇ ਕੱਛੇ ਪਾਉਣੇ, ਤਾਂ ਹੀ ਤਾਂ ਬਚਿਆ ਕਾਲਾ ਤੇਲ ਸੁੱਟ ਕੇ ਸਰ ਦੇ ਬੂਝੇ ਨੂੰ ਅੱਗ ਲਾਈ ਸੀ। ਸਾਲਿਆਂ ਨੇ ਉਦੋਂ ਹੀ ਲਲਕਾਰਾ ਛੱਡ ਦਿੱਤਾ, ਜੈਕਾਰਾ ਛੱਡਿਆ ਸੀ, ਪਤਾ ਨਹੀਂ ਜੈਕਾਰਾ ਸੀ ਕਿ ਲਲਕਾਰਾ। ਨਾਲ ਹੀ 47 ਦਾ ਫਾਇਰ ਖੋਲ੍ਹਤਾ, ਆਪਾਂ ਨੂੰ ਤਿੜ 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 ਸੁਣੀ। ਮੈਂ ਵੀ ਤਾਂ ਇਹੀ ਕਿਹਾ ਸੀ ਪਿਸਤੌਲ ਫੇਰ ਸਿਰ 'ਚ ਮਾਰਨਾ, ਛੱਡੀਏ ਇੱਕ ਅੱਧੀ ਆਪਾਂ ਵੀ। ਮੈਂ ਤਾਂ ਅੱਖਾਂ ਮੀਟ ਕੇ ਸਭੌਕੀ ਘੋੜਾ ਨੱਪਿਆ, ਫਿਰ ਤਾਂ ਲੇਰ ਹੀ ਸੁਣੀ। ਉਹ ਵੀ ਸਰਾਂ ਦੇ ਬੂਝੇ 'ਚ ਫਾਇਰ ਮਾਰੀ ਗਏ, ਜੇ ਆਪਾਂ ਉੱਥੇ ਹੁੰਦੇ ਤਾਂ ਛਾਣ ਦੇਣੇ ਸੀ। ਮੈਨੂੰ ਤਾਂ ਫੌਜੀ ਮੋਰਚੇ ਯਾਦ ਆਏ, ਜੇ ਆਪਾਂ ਕੱਸੀ 'ਚ ਛਾਲਾ ਨਾ ਮਾਰਦੇ ਤਾਂ ਵੀ ਆਪਣਾ ਕੀਰਤਨ ਸੋਲਾ ਪੜਿਆ ਜਾਣਾ ਸੀ ਉੱਥੇ। ਲੈ ਆਪਾਂ ਕੱਸੀ ਦੇ ਵਿੱਚ ਵਿੱਚ 5-6 ਕਿੱਲੇ ਨਿਕਲ ਗਏ ਦੂਰ, ਫਿਰ ਭੱਜ ਲਏ। ਮਾਘੀ ਨੂੰ ਹੁਣ ਗੱਲਾਂ ਕਰਕੇ ਸਵਾਦ ਆ ਰਿਹਾ ਸੀ, ਉਹ ਹੱਸਿਆ ਵੀ। ਉਹ ਹੁਣ ਤੂੰ ਐਂ ਦੱਸ ਮਾਘੀ, ਜਿੱਥੇ ਮਾਲ ਦੱਬਿਆ ਹੈ ਪੱਕੀ ਨਿਸ਼ਾਨੀ ਹੈ ਨਾ, ਹੋਰ ਨਾ ਕਿਤੇ ਲੱਗੇ ਮੁੱਲ ਹੀ ਜਾਵੇ? ਵਿਧੀ ਚੰਦ ਨੇ ਫਿਕਰ ਨਾਲ ਪੁੱਛਿਆ। ਮਾਘੀ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਮੇਰੀਆਂ ਅੱਖਾਂ 'ਤੇ ਪੱਟੀ ਬੰਨ੍ਹਦੀ, ਸਿੱਧਾ ਉੱਥੇ ਲੈ ਜਾ ਵੱਜੂ। ਮਾਘੀ ਪਏ ਪਏ ਨੇ ਇੱਕ ਥੱਪ, ਆਪਾਂ ਹੁਣ 2-3 ਮਹੀਨੇ ਕਿਸੇ ਪਾਸੇ ਨਿਕਲ ਜਾਈਏ, ਪੁਲਿਸ ਤਾਂ ਹੁਣ ਹਲਕੀ ਫਿਰਦੀ ਹੈ, ਕਿਸੇ ਦਿਨ ਖਾੜਕੂ ਬਣਾ ਕੇ ਠੋਕ ਦੇਣਗੇ। ਜਿੰਨਾ ਚਿਰ ਪੰਜਾਬ 'ਚ ਤੱਤੀ ਵਾਹ ਲੱਗਦੀ ਹੈ, ਟਾਲਾ ਵੱਟ ਜਾਈਏ, ਖਾਣ ਜੋਗਾ ਮਾਲ ਬਥੇਰਾ, ਟਾਲਾ ਤਾਂ ਵੱਟ ਜਾਂਗੇ, ਭੰਤੇ ਕਿੱਥੋਂ ਲਿਆਏਗਾ? ਮਾਘੀ ਨੇ ਫੇਰ ਛੇੜਿਆ, ਤੂੰ ਇੱਲਤਾ ਕਰਨੋਂ ਹਟ ਜਾ ਲੰਘਿਆ, 20 ਭੰਤੂਆਂ ਇਕੱਠੀਆਂ ਕਰ ਦਿਓ, ਜੇਬ 'ਚ ਮਾਲ ਹੋਣਾ ਚਾਹੀਦਾ, ਉਹ ਆਪਣੇ ਕੋਲ ਹੈਗਾ, ਪਰ ਮਾਲ ਨੂੰ ਹੰਢਾਉਣ ਲਈ ਬੰਦਾ ਜਿਉਂਦਾ ਰਹਿਣਾ ਚਾਹੀਦਾ। ਵਿਧੀ ਚੰਦ ਸਿਆਣਿਆਂ ਵਾਂਗ ਬੋਲਿਆ, ਅਤੇ ਬੀਬੋ ਉਹ ਤੇਰੀ ਬਾਣ ਨਹੀਂ ਜਾਂਦੀ ਓਏ, 16 ਕੁੱਤੇ ਦੀ ਪੂਛ। ਵਿਧੀ ਚੰਦ ਨੇ ਗਰਮੀ ਦਿਖਾਈ ਪਰ ਅੰਦਰੋਂ ਉਹਦੇ ਕੁਛ ਕੜਕ ਕਰਕੇ ਟੁੱਟਿਆ, ਚੁੱਪ ਕਰ ਗਿਆ। ਮਾਘੀ ਵੀ ਨਹੀਂ ਬੋਲਿਆ, ਵਿਧੀ ਚੰਦ ਦਾ ਹੌਕਾ ਸੁਣਿਆ। ਫਿਰ ਉਹ ਫਿਰ ਹੌਲੀ ਹੌਲੀ ਗੱਲਾਂ ਕਰਨ ਲੱਗੇ, ਕਿਸੇ ਪਾਸੇ ਜਾਣ ਦੀਆਂ ਵਿਉਂਤਾ ਬਣਾਉਂਦੇ ਰਹੇ, ਕਦੇ ਪੱਟੇ, ਕਦੇ ਕਲਕੱਤੇ, ਕਦੇ ਗੁਹਾਟੀ। ਸਵੇਰੇ ਸਾਧ ਉੱਠਿਆ, ਵਿਧੀ ਚੰਦ ਅਤੇ ਮਾਘੀ ਦਿਸੇ ਨਾ, ਕੁਟੀਆ ਦੇ ਪਿੱਛੇ ਛੱਪਰ ਵੱਲ ਗਿਆ, ਉੱਥੇ ਵੀ ਕੋਈ ਨਹੀਂ ਸੀ। ਸਾਧ ਹੈਰਾਨ ਹੋਇਆ, ਦੋਵੇਂ ਭਗਤ ਕਿੱਧਰ ਚਲੇ ਗਏ? ਧੰਨਵਾਦ, ਚੱਲਦਾ।